ਦਾਤਾ ਹੋ ਗਿਆ, ਸੁਖ ਦੇਣ ਵਾਲਾ ਬਣ ਗਿਆ। ਕਦੋਂ ਬਣਿਆ? ਜਦੋਂ ਉਸਨੂੰ ਜਾਣਿਆ। ਉਸਦੇ ਜਾਣਨ ਦਾ ਇਹ ਮਹੱਤਵ ਹੈ ਕਿ ਜੋ ਜਾਣੇ ਤੇ ਸਦਾ ਸੁਖ ਆਪ ਮਿਲਾਏ ਲਏ ਪ੍ਰਭ ਸੋਏ। ਵਾਹਿਗੁਰੂ ਨੇ ਉਸਨੂੰ ਮਿਲਾ ਲਿਆ, ਆਪਣੇ ਨਾਲ ਮਿਲ ਲਿਆ। ਉਸਦੇ ਮਿਲਣ ਦੀ ਸ਼ਰਤ ਇਹ ਹੈ ਵੀ ਜੇ ਤੂੰ ਮੈਨੂੰ ਜਾਣ ਲਿਆ ਤਾਂ ਮੈਂ ਤੇਰਾ, ਜੇ ਤੂੰ ਜਾਣ ਹੀ ਨਾ ਸਕੇ ਤਾਂ ਮੈਂ ਤੇਰਾ ਨਹੀਂ, ਮੈਂ ਉੱਥੇ ਦਾ ਜੋ ਮੈਨੂੰ ਜਾਣ ਲਵੇ। ਜਿਨ੍ਹਾਂ ਨੇ ਜਾਣਿਆ ਉਹ ਸੁੱਖਾਂ ਦੀ ਖਾਣ ਬਣ ਗਏ, ਸਪਨਾ ਦੇ ਲਈ ਸੁਖਦਾਈ ਹੋ ਗਏ। ਉਹਨਾਂ ਨੇ ਸੁਖ ਦੇਣੇ ਭਾਵੇਂ ਆਪਣਾ ਹੋਵੇ ਕੋਈ, ਭਾਵੇਂ ਬੇਗਾਨਾ ਹੋਵੇ। ਨਹੀਂ ਤੇ ਬੜਾ ਪੁੱਛੋ ਵੀ ਕਸ਼ਮੀਰੀ ਪੰਡਿਤ ਸਾਡੇ ਕੀ ਲੱਗਦੇ, ਕੋਈ ਨਿੱਤ ਦੇ ਸਤਸੰਗੀ ਨਹੀਂ। ਲੋੜ ਪਈ ਦਿੱਤਾ ਦੇ ਮਾਰੇ ਆਏ ਤੇ ਚਰਣਾ ਤੇ ਜਾ ਪਏ, ਬਖਸ ਲਓ ਗੁਨਾਹਗਾਰ। ਫਿਰ ਸਰਨ ਪਏ ਕੀ ਰਾਜ, ਸਰਨ ਪਿਆਂ ਦੀ ਲਾਜ ਰੱਖਣੀ ਇਹ ਉਸਦਾ ਬਿਰਧ ਹੈ, ਇਹ ਉਸਦਾ ਬਿਰਧ ਹੈ।
ਆਪਣਾ ਸਿਰਤ ਪਛਾਣਿਆ ਤੇ ਜੰਨੂ ਤਿਲਕ ਰਾਖਾ ਪ੍ਰਭਤਾ ਕਾ। ਜੰਨੂ ਔਰ ਤਿਲਕ ਹਿੰਦੂ ਧਰਮ ਦੀ ਇਹ ਨਿਸ਼ਾਨੀ ਗਲ ਵਿੱਚ ਜੰਨੂ ਮਸਤਕ ਤੇ ਤਿਲਕ। ਕੋਈ ਪੰਡਿਤ ਪ੍ਰਧਾਨ ਵੇਖੋ ਮੱਥੇ ਤੇ ਤਿਲਕ ਹੋਏਗਾ। ਤਿਲਕ ਸਿੱਖ ਵੀ ਮੱਥੇ ਤੇ ਲਾਉਂਦੇ, ਅਸੀਂ ਵੀ ਲਾਉਂਦੇ, ਪਰ ਸਹਿਬਾਸਨ ਇਹ ਸਾਡਾ ਤਿਲਕ ਕਿਸੇ ਪੱਥਰ ਦੇ ਉੱਤੇ ਕਥਾ ਕੇ ਚੰਦਨ ਦਾ ਜਾਂ ਕਿਸੇ ਹੋਰ ਚੀਜ਼ ਦਾ ਤਿਲਕ ਨਹੀਂ। ਮੱਥੇ ਟਿੱਕੇ ਲਾਲ ਲਾਏ ਗੁਰੂ ਕੇ ਸਿੱਖ ਜੋ ਨਾਮ ਜਪਦੇ ਹਨ ਅੰਮ੍ਰਿਤ ਵੇਲੇ ਉੱਠ ਕੇ, ਉਹਨਾਂ ਦੇ ਮਸਤਕ ਦੇ ਉੱਤੇ ਲਾਲ ਟਿੱਕਾ ਲੱਗ ਜਾਂਦਾ ਸੀ ਕਿ ਉਹਨਾਂ ਦਾ ਮੱਥਾ ਉਜਲਾ ਹੋ ਜਾਂਦਾ। ਸਹਿਬਾਸਨ ਭਾਈ ਸਾਹਿਬ ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਜੁੜਨ। ਜੋ ਸਤਸੰਗ ਵਿੱਚ ਜਾ ਕੇ ਜੁੜਦੇ ਹਨ ਗੁਰੂ ਦੇ ਚਰਨਾਂ ਨਾਲ ਉਹਨਾਂ ਦੇ ਮਸਤਕ ਦੇ ਉੱਤੇ ਟਿੱਕਾ ਲੱਗ ਜਾਂਦਾ ਲਾਲ ਟਿੱਕਾ, ਮਸਤਕ ਉਜਲਾ ਹੋ ਜਾਂਦਾ। ਵੇਖੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕ ਦਿਖਾਓ, ਪਾਪ ਕਰੇ ਤਾਂ ਵੀ ਮੱਥੇ ਤੇ ਆ ਜਾਂਦਾ, ਮੱਥਾ ਕਾਲਾ ਹੋ ਜਾਂਦਾ। ਅੰਦਰ ਬਹਿ ਕੇ ਪਾਪ ਕਮਾਵੇ ਸੋ ਚੌਂ ਕੁੰਤੀ ਜਾਨੀ, ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਦਿਖਾਇਆ, ਮੱਥਾ ਸਿਆਹ ਹੋ ਜਾਂਦਾ ਪਾਪ ਕੀਤੇ ਤੇ ਨਾਮ ਜਪਿਆ ਮਸਤਕ ਉਜਲਾ ਹੋ ਜਾਂਦਾ। ਸਹਿਬਾਸਨ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਮੱਥਾ ਕਾਲਾ, ਪਰ ਗੁਰਸਿੱਖਾਂ ਕੇ ਮੁੱਖ ਉਜਲੇ, ਗੁਰੂ ਕੇ ਸਿੱਖਾਂ ਦੇ ਨਾਮ ਜਪਣ ਵਾਲਿਆਂ ਦੇ ਮੁੱਖ ਉਜਲੇ ਹਨ। ਮੁੱਖ ਉਜਲਾ ਹੋਣਾ ਇਹੀ ਟਿੱਕਾ ਹੈ। ਪਰ ਹਿੰਦੂ ਧਰਮ ਵਿੱਚ ਟਿੱਕਾ ਲਾਉਣਾ ਇਹ ਮੁੱਖ ਹੈ ਤੇ ਗੱਲ ਜਨੇਊ ਪਾਉਣਾ ਇਹ ਧਰਮ ਦੀ ਨਿਸ਼ਾਨੀ ਹੈ। ਜਿਸ ਵੇਲੇ ਆਏ ਕਿ ਸਾਡਾ ਹੁਣ ਨਾ ਜੰਨੂ ਰਹਿੰਦਾ ਨਾ ਸਾਡੇ ਮੱਥੇ ਤੇ ਟਿੱਕਾ ਰਹਿੰਦਾ, ਜਿਹਦੇ ਘਰ ਜੰਨੂ ਪਿਆ ਵੇਖਦੇ ਹਨ ਉਹ ਉਤਾਰ ਦਿੰਦੇ ਹਨ, ਔਰ ਜਿੱਥੇ ਮਸਤਕ ਤੇ ਟਿੱਕਾ ਲੱਗਾ ਵੇਖਦੇ ਹਨ ਉਹ ਚੱਟ ਲੈਂਦੇ ਹਨ। ਇੰਝ ਸਾਡਾ ਧਰਮ ਭ੍ਰਿਸ਼ਟ ਹੋ ਰਿਹਾ। ਗਰੀਬ ਨਵਾਜ ਸਾਡੀ ਰਖਵਾਲੀ ਕਰੋ, ਸਾਨੂੰ ਵਾੜ ਦਿਓ ਗਰੀਬ ਨਵਾਜ। ਵਾੜ ਬਿਨਾਂ ਖੇਤ ਜਿਵੇਂ ਸੁੰਨੇ ਹੋ ਜਾਂਦੇ ਹਨ, ਸਾਡਾ ਕੋਈ ਰਖਵਾਲਾ ਨਹੀਂ। ਸਾਹਿਬ ਕਲਗੀਧਰ ਪਾਤਸ਼ਾਹ ਨੇ ਆਪ ਬਚਨ ਕੀਤਾ ਜੰਨੂ ਤਿਲਕ ਰਾਖਾ ਪ੍ਰਭਤਾ ਕਾ। ਰਾਤੀ ਸਿੰਘ ਨੇ ਸਬਦ ਪੜ੍ਹਿਆ ਸੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਮੈਂ ਸਮਝਿਆ ਸ਼ਾਇਦ ਮਤਲਬ ਨਾ ਸਮਝਿਆ ਹੋਵੇ, ਆਮ ਦੀ ਸਮਝ ਵਿੱਚ ਆਉਂਦਾ ਹੀ ਨਹੀਂ। ਉਹ ਸੋਚਦੇ ਨੇ ਸੀ ਕਿਰਿਆ ਕੀ ਹੋਈ, ਸੀ ਕਿਰਿਆ ਨਹੀਂ ਤੇਗ ਬਹਾਦਰ ਸੀ ਕਿਰਿਆ, ਕਿਰਿਆ ਆਖਦੇ ਨੇ ਕਰਨੀ ਨੂੰ ਤੇ ਸੀ ਆਖਦੇ ਨੇ ਜੈਸੀ। ਜਿਵੇਂ ਜਿਸ ਤਰ੍ਹਾਂ ਜਿਹੜੀ ਕਰਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਕਰੀ ਨਾ ਕਿਨਹੂੰ ਆਨ, ਕਿਸੇ ਆਨ ਨੇ ਕਿਸੇ ਹੋਰ ਨੇ ਇਹ ਕਰਨੀ ਨਾ ਕੀਤੀ। ਆਪਣੇ ਧਰਮ ਵਾਸਤੇ ਕੁਰਬਾਨੀਆਂ ਬਹੁਤੀਆਂ ਨੇ ਕੀਤੀਆਂ। ਰਾਜਾ ਹਰੀਚੰਦ ਨੇ ਕਿਹੜੀ ਕੁਰਬਾਨੀ ਕੀਤੀ, ਆਪ ਚੰਡਾਲ ਦੇ ਘਰ ਜਾ ਕੇ ਵਿਖਿਆ, ਰਾਜਭਾਗ ਦਾਨ ਕਰ ਬੈਠਾ ਸੁਪਨੇ ਵਿੱਚ, ਸੀ ਛਲ ਰਿਸ਼ੀ ਦਾ ਕਿਸੇ ਤਰ੍ਹਾਂ ਇਸ ਨੂੰ ਆਪਣੇ ਧਰਮ ਤੋਂ ਗ੍ਰਹਿਮਾਨ ਕਰਾਂ, ਕਿਉਂਕਿ ਦਿਨ ਬ ਦਿਨ ਇਸਦੀ ਸੋਭਾ ਵਧਦੀ ਜਾਂਦੀ ਹੈ। ਰਿਸ਼ੀ ਆਇਆ, ਰਾਜਨ ਮੈਨੂੰ ਸੁਪਨਾ ਆਇਆ ਕਿ ਤੂੰ ਮੈਨੂੰ ਸੁਪਨੇ ਵਿੱਚ ਰਾਜ ਦਾਨ ਕਰ ਦਿੱਤਾ। ਰਾਜੇ ਨੇ ਆਖਿਆ ਸੁਪਨਾ ਤਾਂ ਮੈਨੂੰ ਵੀ ਆਇਆ, ਕਿਹੋ ਬ੍ਰਾਹਮਣ ਮੈਂ ਤੈਨੂੰ ਰਾਜ ਦਾਨ ਕਰ ਦਿੱਤਾ। ਫਿਰ ਉਸ ਬ੍ਰਾਹਮਣ ਨੇ ਆਖਿਆ ਫਿਰ ਗੁਰਮੁਖਾਂ ਦਾ ਭਲਿਆਂ ਪੁਰਖਾਂ ਦਾ ਤਾਂ ਸੋਣਾ ਸੁਪਨਾ ਜਾਗਣਾ ਬਰਾਬਰ ਹੈ, ਜੇ ਸੁਪਨੇ ਵਿੱਚ ਦਾਨ ਕੀਤਾ ਤੇ ਜਾਗਦਿਆਂ ਨਾ ਕਰੇਗਾ। ਰਾਜੇ ਨੇ ਸੋਚਿਆ ਹੁਣ ਧਰਮ ਨਹੀਂ ਰਹਿੰਦਾ, ਜਦ ਦੇ ਚੁੱਕਾ ਇਸ ਨੂੰ ਤਾਂ ਰਾਜੇ ਨੇ ਰਾਜ ਦੇ ਦਿੱਤਾ। ਉਹਨੇ ਆਖਿਆ ਦਾਨ ਤਾਂ ਕੀਤਾ ਤੇ ਦਕਸ਼ਣਾ ਚੁੰਗਾ ਵੀ ਦੇ। ਉਹਨੇ ਆਖਿਆ ਰਾਜ ਮੈਂ ਦੇ ਬੈਠਾ, ਮੇਰੇ ਕੋਲ ਕੀ ਹੈ। ਉਹਨੇ ਆਖਿਆ ਤੇਰੇ ਕੋਲ ਆਪਣਾ ਤਨ ਤਾਂ ਹੈ, ਤੇ ਤਨ ਵੇਚ ਕੇ ਮੈਨੂੰ ਦਕਸ਼ਣਾ ਦੇ ਦੇ।
ਰਾਜਾ ਵਿਕਣ ਚੱਲਿਆ। ਰਾਣੀ ਨੇ ਆਖਿਆ ਪਤੀ ਵੀ ਨਾ ਪਤਨੀ ਕਿਆ, ਮੈਂ ਵੀ ਨਾਲ ਤੁਹਾਡੇ ਚੱਲਾ ਜੀ, ਤੇ ਛੋਟਾ ਜਿਹਾ ਬੱਚਾ ਇਹ ਮਾਂ ਪਿਓ ਬਿਨਾਂ ਕਿਵੇਂ ਰਹਿ ਸਕਦਾ, ਇਹਨੂੰ ਵੀ ਨਾਲ ਲਿਆ। ਤਿੰਨੇ ਤੁਰਦੇ ਤੁਰਦੇ ਅਯੁੱਧਿਆ ਤੋਂ ਤੁਰੇ ਤੇ ਕਾਸ਼ੀ ਵਿੱਚ ਆਏ। ਪੰਡਿਤ ਨਾਲ ਹੈ ਜਿਸਨੇ ਰਾਜ ਦਾਨ ਲੈ ਲਿਆ ਔਰ ਦਕਸ਼ਨਾ ਮੰਗਦਾ, ਅਜੇ ਪਿੱਛਾ ਨਹੀਂ ਛੱਡਿਆ। ਬਾਜ਼ਾਰ ਵਿੱਚ ਆਣ ਖੜੋ ਤੇ ਬਈ ਮੈਂ ਇਹ ਬੰਦਾ ਵੇਚਣਾ। ਰਾਣੀ ਨੇ ਆਖਿਆ ਸਵਾਮੀ ਮੇਰੀਆਂ ਅੱਖਾਂ ਦੇ ਵੇਖਦੇ ਆ, ਤੁਸੀਂ ਵਿਕ ਜਾਓਗੇ, ਪਹਿਲਾਂ ਮੈਨੂੰ ਵੇਚ ਲਓ। ਜੇ ਮੇਰੇ ਵਿੱਚ ਦਕਸ਼ਨਾ ਪੂਰਾ ਹੁੰਦਾ ਹੋਵੇ ਤਾਂ ਮੈਂ ਵਿਕ ਜਾਂਦੀ। ਬੱਚੇ ਨੇ ਆਖਿਆ ਨਾ ਜੀ, ਪਹਿਲਾਂ ਮੈਨੂੰ ਵੇਚ ਲਓ। ਬੇਟਾ ਤੂੰ ਨਾਦਾਨ ਹੈ, ਛੋਟਾ ਹੈ, ਬੇਸਮਝ ਹੈ, ਤੂੰ ਕੱਲਾ ਕਿੱਥੇ ਜਾਏਗਾ। ਮਾਂ ਨੇ ਆਖਿਆ ਪੁੱਤਰ ਨੂੰ ਤੂੰ ਤੇ ਮੈਂ ਰਲ ਕੇ ਵਿਕਾਂਗੇ। ਇਹਨਾਂ ਨੂੰ ਕਿਸਨੇ ਲਿਆ? ਕੰਜਰੀ ਨੇ। ਇਹਨੇ ਆਖਿਆ ਪਾਪ ਨਾ ਕਰਾਂਗੇ, ਟਹਿਲਣ ਹਾਂ ਤੇਰੀ, ਸਾਰੇ ਕੰਮ ਕਰਾਂਗੇ, ਪਰ ਇਹ ਮੇਰਾ ਬੱਚਾ ਵੀ ਮੇਰੇ ਨਾਲ ਹੋਵੇਗਾ। ਉਹਨੇ ਆਖਿਆ ਮੈਂ ਤੇਰਾ ਬੱਚਾ ਮੁੱਲ ਨਹੀਂ ਲਿਆ, ਔਰ ਨਾ ਮੈਂ ਇਸ ਨੂੰ ਟੁੱਕਰ ਦਿਆਂਗੀ। ਇਹਨੂੰ ਟੁੱਕਰ ਦੇਣਾ ਤਾਂ ਤੂੰ ਆਪਣੀ ਰੋਟੀ ਚੋਂ ਦੇਣਾ, ਆਪਣੇ ਕੱਪੜੇ ਚੋਂ ਕੱਪੜਾ ਦੇਣਾ, ਮੈਂ ਦੋ ਦਾ ਬੋਝ ਨਹੀਂ ਚੁੱਕਣਾ, ਇੱਕ ਦਾ। ਰਾਣੀ ਨੇ ਆਖਿਆ ਬੜੀ ਬਾਤ, ਪਰ ਪੰਡਿਤ ਨੇ ਆਖਿਆ ਦਕਸ਼ਨਾ ਪੂਰਾ ਨਹੀਂ ਹੋਇਆ। ਰਾਜੇ ਨੇ ਆਖਿਆ ਹੁਣ ਮੈਨੂੰ ਵੇਚ ਦੇ। ਰਾਜੇ ਨੂੰ ਲੈ ਗਿਆ ਚੰਡਾਲ, ਜਿਸਦਾ ਮਸਾਣਾ ਵਿੱਚ ਠੇਕਾ ਸੀ। ਆ ਠੇਕੇ ਲੈ ਲੈਂਦੇ ਹਨ ਲੋਕ, ਆ ਚਮੜੇ ਦੇ ਵਪਾਰੀ ਦਿਨ ਰਾਤ ਚਮ ਖਰੀਦਦੇ ਹਨ। ਇਸੇ ਤਰ੍ਹਾਂ ਠੇਕਾ ਮਸਾਣਾ ਦਾ ਜੋ ਕੋਈ ਮੁਰਦਾ ਸਾੜੇ ਸਵਾ ਰੁਪਇਆ ਟੈਕਸ ਦੇਵੇ। ਰਾਜੇ ਨੂੰ ਚੰਡਾਲ ਲੈ ਗਿਆ, ਉਸਨੇ ਜਾ ਕੇ ਮਸਾਣਾ ਵਿੱਚ ਬਿਠਾਇਆ। ਬਹੁ ਵੀ ਹਰੀ ਚੰਡਾ ਇੱਥੇ, ਜਦ ਕੋਈ ਮੁਰਦਾ ਲਿਆ ਕੇ ਜਲਾਵੇ ਉਸ ਕੋਲੋਂ ਸਵਾ ਰੁਪਇਆ ਵਸੂਲ ਕਰ, ਸਾਹ ਸਾੜਨ ਦੇ। ਰਾਜਾ ਉੱਥੇ ਜਾ ਬੈਠਾ, ਰਾਣੀ ਉਧਰ ਵਿਕ ਗਈ। ਕਦੇ ਆਪ ਰਾਣੀ ਗੋਡੀਆਂ ਬੰਦੀਆਂ ਤੇ ਟਹਿਲਣਾ ਦਾ ਅੰਤ ਨਹੀਂ ਸੀ। ਰਾਤ ਸੌਂਦੀ ਸੀ ਤੇ ਦਾਸੀਆਂ ਪੈਰ ਦਬਾਉਂਦੀਆਂ ਸਨ। ਹੁਣ ਇਹ ਰਾਜੇ ਹਰੀਚੰਦ ਦੀ ਰਾਣੀ ਧਰਮ ਪਿੱਛੇ, ਕਿ ਸਾਡਾ ਧਰਮ ਹੈ ਸੁਪਨੇ ਵਿੱਚ ਦੇ ਬੈਠੇ ਹਾਂ ਪ੍ਰਤੱਖ ਦੇਣਾ ਹੈ, ਨਹੀਂ ਤੇ ਕਹਿ ਦਿੰਦੇ ਬਈ ਜੋ ਕੁਝ ਹੈ ਉਹ ਤੂੰ ਦੇ ਲੈ ਚੁੱਕਾ, ਹੋਰ ਹੁਣ ਕੀ ਲੈਣਾ, ਜਾ ਹੁਣ ਪਿੱਛਾ ਛੱਡ। ਪਰ ਆਖਿਆ ਨਹੀਂ, ਦਾਨ ਦੇਣਾ ਗ੍ਰਸਤੀ ਦਾ ਕੰਮ ਹੈ, ਗਿਰਹੀ ਕਾ ਸਤ ਦਾਨ। ਅਸੀਂ ਗ੍ਰਸਤੀ ਜੋ ਹੋਈ ਔਰ ਫਿਰ ਸੁਪਨੇ ਵਿੱਚ ਦਾਨ ਕਰ ਬੈਠੇ ਹਾਂ, ਜਦ ਵੀ ਅਸੀਂ ਉਹ ਨਾ ਕਰੀਏ ਅਪਜਸ ਹੋਵੇਗਾ। ਹਰੀ ਚੰਦ ਦਾਨ ਕਰੇ, ਜਸ ਲੇਵੇ, ਜਸ ਦੀ ਖਾਤਰ ਦਾਨ ਕਰ ਰਹੇ। ਹੁਣ ਕਹਿੰਦਾ ਨਾ ਕਰਾਂ ਤਾਂ ਮੇਰਾ ਧਰਮ ਜਾਂਦਾ। ਇਸ ਵਾਸਤੇ ਰਾਣੀ ਵਿਕ ਗਈ, ਔਰ ਉਹ ਰਾਣੀ ਜੋ ਰਾਤੀ ਸੌਂਦੀ ਸੀ ਦਾਸੀਆਂ ਪੈਰ ਦਬਾਉਂਦੀਆਂ ਸਨ, ਅੱਜ ਕੰਜਰੀ ਸੌਂਦੀ ਹੈ ਤੇ ਰਾਣੀ ਪੈਰ ਗੁੱਟਦੀ ਹੈ। ਕਿਸ ਦੀ ਖਾਤਰ? ਆਪਣੇ ਧਰਮ ਦੀ ਖਾਤਰ। ਮੇਰਾ ਧਰਮ ਨਹੀਂ ਰਹਿੰਦਾ, ਸਾਡਾ ਵੀ ਕੋਈ ਧਰਮ ਹੈ। ਸਿੱਖ ਦਾ ਧਰਮ ਹੈ ਨਾਮ ਜਪਣਾ। ਜੇ ਨਾਮ ਜਪਣ ਦਾ ਧਰਮ ਸਿੱਖ ਛੱਡ ਬੈਠਾ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਧਰਮਾਂ ਚੋਂ ਸ੍ਰੇਸ਼ਟ ਧਰਮ ਸ਼੍ਰੋਮਣੀ ਧਰਮ ਜਪਣਾ ਸ੍ਰੀ ਵਾਹ। ਧਰਮ ਦੀ ਖਾਤਰ ਕਿਹੜੀਆਂ ਕੁਰਬਾਨੀਆਂ ਕੀਤੀਆਂ? ਪੰਡਿਤ ਨੇ ਆਖਿਆ ਇਹ ਤਾਂ ਵਿਖ ਗਏ, ਧਰਮ ਨਿਭਾ ਰਹੇ ਹਨ, ਮੈਂ ਤਾਂ ਇਹਨਾਂ ਨੂੰ ਧਰਮ ਤੋਂ ਫੇਲ ਕਰਨਾ। ਪਰ ਰਾਣੀ ਦਾ ਬੱਚਾ ਰੋਹਿਤ ਬੱਚਿਆਂ ਨਾਲ ਖੇਲਦਾ ਖੇਲਦਾ ਬਾਹਰ ਚਲਾ ਗਿਆ, ਤੇ ਬ੍ਰਾਹਮਣ ਨੇ ਰੂਪ ਧਾਰਿਆ ਸੱਪ ਦਾ ਔਰ ਰਾਣੀ ਦੇ ਇਕਲੌਤੇ ਬੱਚੇ ਨੂੰ ਕੱਟ ਲਿਓ। ਰੌਲਾ ਪੈ ਗਿਆ, ਰਾਣੀ ਭੱਜੀ ਆਈ, ਮੇਰਾ ਲਾਲ ਪਰਦੇਸਿਆ ਹੈ ਹੀ ਨਹੀਂ। ਜ਼ਹਿਰੀਲਾ ਸੱਪ ਡੰਗ ਗਿਆ, ਰੋਹਿਤ ਮਰ ਗਿਆ। ਹੁਣ ਕੀ ਕਰਾਂ? ਅਸੀਂ ਹੁਣ ਕਿਉਂ ਲੈ ਕੇ ਬੈਠੀ ਹੈ? ਮਰ ਗਿਆ ਹੈ, ਵਿਸ਼ਵਾ ਨੂੰ ਦਇਆ ਨਾ ਆਈ। ਉਸਨੇ ਆਖਿਆ ਕੰਮ ਕਰਨੇ ਘਰ ਦਾ ਇਹਨੂੰ ਸੁੱਟ ਕਿਤੇ, ਹੁਣ ਕਿਵੇਂ ਸੁੱਟ ਦਿਆ, ਜਿਗਰ ਦਾ ਟੋਟਾ ਹੈ। ਜੇ ਅਸੀਂ ਰਾਜ ਦੇ ਮਾਲਕ ਹੁੰਦੇ, ਕੋਈ ਡਾਕਟਰ ਬੁਲਾਉਂਦੇ, ਕੋਈ ਹਕੀਮ ਸੱਦਦੇ, ਕੋਈ ਵੈਦ ਲਿਆਉਂਦੇ, ਕੋਈ ਮਾਂਦਰੀ ਆਉਂਦਾ, ਪਰ ਮੈਂ
ਗਰਮ ਪਿੱਛੇ ਹਿੱਕੀ ਹੋਈ ਪੱਲੇ ਮੇਰੇ ਦਮੜੀ ਨਹੀਂ, ਮੈਂ ਇਸਦਾ ਕੀ ਉਪਚਾਰ ਕਰ ਸਕਦੀ ਹਾਂ? ਅੱਟਾ ਬੇਟਾ ਜਲ ਅਗਨੀ ਦੇ ਹਵਾਲੇ। ਪਰ ਵਿਚਾਰੇ ਨੂੰ ਨਵਾਂ ਖਫਨ ਵੀ ਤਾਂ ਨਸੀਬ ਨਾ ਹੋਇਆ। ਰਾਣੀ ਨੇ ਆਪਣੀ ਸਾੜੀ ਦਾ ਗੱਜ ਕੱਪੜਾ ਪਾੜਿਆ ਤੇ ਆਪਣੇ ਬੱਚੇ ਦੇ ਉੱਤੇ ਪਾ ਦਿੱਤਾ। ਕੰਜਰੀ ਨੂੰ ਆਖਿਆ ਕੁਛ ਦੇ ਇਮਦਾਦ, ਉਹਨੇ ਆਖਿਆ ਨਹੀਂ, ਮੈਂ ਇਸ ਨੂੰ ਲੀਤਾ ਹੀ ਨਹੀਂ ਸੀ ਇਸੇ ਵਾਰੀ। ਚੁੱਕ ਕੇ ਤੁਰ ਪਈ। ਜਿਸ ਵੇਲੇ ਆਈ ਮਸਾਣਾ ਵਿੱਚ ਲੱਕੜੀਆਂ ਇਕੱਠੀਆਂ ਕਰਦੀ ਫਿਰਦੀ ਹੈ ਕਿ ਹਰੀ ਚੰਦ ਨੇ ਦੇਖ ਲਈ। ਰਾਤ ਦਾ ਵੇਲਾ ਸੀ। ਆਵਾਜ਼ ਦਿੱਤੀ, ਕੌਣ ਹੈ? ਜੀ ਮੈਂ ਇੱਕ ਦੁਖਿਆਰਨ ਹਾਂ, ਮੇਰਾ ਬੱਚਾ ਮਰ ਗਿਆ, ਮੇਰੇ ਪਾਸ ਲੱਕੜੀਆਂ ਲੈਣ ਨੂੰ ਵੀ ਪੈਸੇ ਨਹੀਂ, ਮੈਂ ਲੱਕੜੀਆਂ ਚੁਣਦੀ ਫਿਰਦੀ ਹਾਂ। ਉਹਨੇ ਆਖਿਆ ਸਿਰਫ ਲੱਕੜੀਆਂ ਦੀ ਲੋੜ ਨਹੀਂ, ਸਵਾ ਰੁਪਈਆ ਵੀ ਜੋੜ। ਜੇ ਸੰਸਕਾਰ ਨਹੀਂ ਪੁੱਤਰ ਨੂੰ, ਮੇਰੇ ਕੋਲ ਤਾਂ ਇੱਕ ਦਮੜੀ ਵੀ ਨਹੀਂ। ਉਹਨੇ ਆਖਿਆ ਫਿਰ ਤੂੰ ਸੰਸਕਾਰ ਨਹੀਂ ਕਰ ਸਕਿਆ। ਉਹਨੇ ਆਵਾਜ਼ ਪਛਾਣੀ, ਮੇਰਾ ਪਤੀ ਰਾਜਨ ਤੁਸੀਂ? ਉਸਨੇ ਨੀ ਪਛਾਣਿਆ। ਰਾਣੀ ਤੂੰ ਕਿਸ ਵਾਸਤੇ ਲੱਕੜੀਆਂ ਚੁਣ ਰਹੀ ਹੈ? ਤਾਂ ਰਾਣੀ ਦੀਆਂ ਬੁੱਬਾਂ ਨਿਕਲ ਗਈਆਂ ਰੋਸ ਵਾਸਤੇ, ਮੇਰਾ ਕੱਲਾ ਤਾਂ ਨਹੀਂ ਤੁਹਾਡਾ ਵੀ ਹੈ। ਰਾਜੇ ਨੇ ਆਖਿਆ ਲੱਕੜੀਆਂ ਤਾਂ ਰਲ ਕੇ ਚੁਣ ਲਾਂਗੇ, ਪਰ ਸਵਾ ਰੁਪਈਆ ਲੀਤੇ ਬਿਨਾਂ ਮੈਂ ਸੰਸਕਾਰ ਨਹੀਂ ਕਰਨ ਦਿਆਂਗਾ। ਕਿਉਂ? ਆਪਣੇ ਮਾਲਕ ਨਾਲ ਵਿਰੋਹ ਕਰਨਾ। ਜਿਸਨੇ ਮੈਨੂੰ ਇਹ ਡਿਊਟੀ ਦਿੱਤੀ ਹੈ ਵੀ ਇੱਥੇ ਬਹੁ, ਸਵਾ ਰੁਪਈਆ ਲੈ ਕੇ ਲਾਜ ਸੰਸਕਾਰ ਦੇ, ਹੁਣ ਤੇਰਾ ਲਿਆਜ ਕਿਆ ਕਰਾਂ? ਇਸ ਵਾਸਤੇ ਵੀ ਇਹ ਬੱਚਾ ਆਪਣਾ ਹੈ, ਤਾਂ ਜਿਸਨੇ ਇਤਵਾਰ ਕੀਤਾ ਮੇਰੇ ਉੱਤੇ ਬਿਠਾਇਆ ਉਸ ਨਾਲ ਵਿਰੋਹ ਹੋਇਆ, ਫਿਰ ਧਰਮ ਤਾਂ ਨਾ ਰਿਹਾ। ਜਿਸ ਧਰਮ ਦੀ ਖਾਤਰ ਰਾਜ ਤੇ ਆ ਗਿਆ, ਚੰਡਾਲ ਦੇ ਘਰ ਆਣ ਕੇ ਵਿਕੇ, ਰਾਣੀ ਫਿਰ ਧਰਮ ਤਾਂ ਨਾ ਰਿਹਾ, ਫਿਰ ਕੀ ਕਰਾਂ? ਆਖਿਆ ਕਿਤੋਂ ਪੈਸਾ ਪੈਸਾ ਮੰਗ ਕੇ ਸਵਾ ਰੁਪਈਆ ਬਣਾ ਲੈ। ਤਾਂ ਰਾਣੀ ਤੁਰ ਪਈ, ਰੋਂਦੀ ਪਿੱਟਦੀ ਸਿਰ ਦੇ ਵਾਲ ਖੋਲਦੀ, ਮੰਗਣ ਤੁਰ ਪਈ ਪੈਸਾ ਪੈਸਾ। ਉਧਰ ਰਾਜੇ ਦਾ ਲੜਕਾ ਮਰ ਗਿਆ ਤੇ ਅਫਵਾਹ ਉੱਡ ਗਈ ਵੀ ਕਿਸੇ ਚੁੜੇਲ ਨੇ ਖਾ ਲਿਆ। ਲੱਭਦੇ ਫਿਰਦੇ ਨੇ ਲੋਕੀ ਚੁੜੇਲ ਕਿੱਧਰ ਗਈ। ਇਹ ਸਾਰੀ ਕਰਤੂਤ ਉਸ ਬ੍ਰਾਹਮਣ ਦੀ, ਜਿਹੜਾ ਚਾਹੁੰਦਾ ਸੀ ਵੀ ਇਸਦਾ ਧਨ ਤਾਂ ਮੈਂ ਲੈ ਹੀ ਚੁੱਕਾ ਹਾਂ ਰਾਜ ਰੂਪ ਵਿੱਚ, ਧਨ ਇਹ ਵਿੱਚ ਬੈਠੇ ਹਨ, ਮਨ ਇਹਨਾਂ ਦਾ ਧਰਮ ਹੈ, ਕਿਸੇ ਤਰ੍ਹਾਂ ਇਹਨਾਂ ਦਾ ਧਰਮ ਜਾਏ। ਉਹ ਫਿਰ ਚੁੜੇਲ ਜਾਣ ਕੇ ਰਾਜੇ ਦੀ ਰਾਣੀ ਨੂੰ ਫੜ ਲਿਆ। ਰਾਜੇ ਨੇ ਹੁਕਮ ਦਿੱਤਾ, ਇਸਨੇ ਮੇਰਾ ਪੁੱਤਰ ਖਾਧਾ, ਜਾਓ ਮਸਾਣ ਵਿੱਚ ਲੈ ਜਾਓ ਔਰ ਜੱਲਾਦ ਨੂੰ ਆਖੋ ਇਸਦਾ ਸਿਰ ਵੱਢ ਦੇ। ਹਰੀਚੰਦ ਦੇ ਪੈਰਾਂ ਅੱਗੇ ਲਿਆ ਸੁੱਟੀ, ਉਹ ਚੰਡਾਲ ਇਸਦਾ ਸਿਰ ਲਾ ਦੇ। ਉਹਨੇ ਰਾਜੇ ਦੇ ਪੁੱਤਰ ਨੂੰ ਖਾਧਾ। ਜਿਸ ਵੇਲੇ ਉਹਨੇ ਆਪਣਾ ਕੁਹਾੜਾ ਸੰਭਾਲਿਆ, ਰਾਣੀ ਦਾ ਸਿਰ ਲਾਉਣ ਵਾਸਤੇ ਅਜੇ ਪਤਾ ਨਹੀਂ ਕੌਣ ਹੈ, ਕਹਿੰਦਾ ਉਹ ਚੁੜੇਲੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਤੂੰ ਰਾਜੇ ਦਾ ਪੁੱਤਰ ਖਾ ਲਿਆ। ਆਂਦੀ ਹੈ ਦੁਨੀਆ ਤਾਂ ਊਂ ਜਾਂ ਲਾਵੇ, ਤੁਸੀਂ ਵੀ ਪਏ ਆਖਦੇ। ਉਹਨੇ ਆਖਿਆ ਕੌਣ? ਸਾਰਾ ਮਤੀ ਤੂੰ ਅਤੇ ਹਾਂ, ਤੁਸੀਂ ਆਖਦੇ ਹੋ ਮੈਂ ਰਾਜੇ ਦਾ ਪੁੱਤਰ ਖਾਧਾ, ਮੈਂ ਤਾਂ ਆਪਣੇ ਮਾਸੂਮ ਪੁੱਤਰ ਦੀ ਲਾਜ ਸੰਸਕਾਰ ਵਾਸਤੇ ਪੈਸਾ ਪੈਸਾ ਮੰਗਦੀ ਫਿਰਦੀ, ਤਾਂ ਮੇਰੀ ਹਾਲਤ ਹੀ ਐਸੀ ਸੀ, ਮੈਨੂੰ ਇਹਨਾਂ ਨੇ ਚੁੜੇਲ ਜਾਣ ਕੇ ਫੜ ਲਿਆ। ਪਰ ਤੁਸੀਂ ਆਪਣਾ ਧਰਮ ਪਾਲੋ, ਕਿਉਂਕਿ ਤੁਹਾਡਾ ਧਰਮ ਹੈ ਰਾਜੇ ਦਾ ਹੁਕਮ ਪਾਲਣਾ। ਵਿਕ ਜੋ ਗਏ ਤੁਸੀਂ, ਲਓ ਮੇਰਾ ਸਿਰ ਹਾਜ਼ਰ ਹੈ, ਕੁਹਾੜਾ ਚਲਾ ਦਿਓ। ਜਿਸ ਵੇਲੇ ਰਾਜਾ ਪੁੱਤਰ ਸਾਹਮਣੇ ਮਰਿਆ ਪਿਆ, ਆਪਣੀ ਇਸਤਰੀ ਦੇ ਸਿਰ ਤੇ ਕੁਹਾੜਾ ਚਲਾਉਣ ਲੱਗਾ, ਤਾਂ ਜਿਸ ਧਰਮ ਨੂੰ ਪਾਲਿਆ ਸੀ ਉਹ ਧਰਮ ਭਗਵਾਨ ਵਿਸ਼ਨੂੰ ਬਣ ਕੇ ਅਣਖ ਤੋਂ ਕੁਹਾੜਾ ਪਕੜ ਲਿਆ ਤੇ ਆਖਿਆ ਬਸ ਰਾਜਾ ਪਰਿਖਿਆ ਹੋ ਚੁੱਕੀ, ਮੈਂ ਆਪਣੇ ਧਰਮ ਤੋਂ ਸਭ ਕੁਝ ਵਾਰਿਆ। ਰਾਜਾ ਹਰੀਚੰਦ ਆਪਣੇ ਧਰਮ ਤੋਂ ਸਭ ਕੁਝ ਵਾਰ ਚੁੱਕਾ ਹੈ, ਨਿਖਾਵਰ ਕਰ ਚੁੱਕਾ ਹੈ, ਪਰ ਆਪਣੇ ਧਰਮ ਰੱਖਣ ਵਾਸਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸੀਸ ਲਾ ਰਹੇ ਹਨ, ਕਿਸੇ ਧਰਮ ਵਾਸਤੇ? ਹਿੰਦੂ ਧਰਮ ਵਾਸਤੇ। ਆਪਣੇ ਉੱਤੇ ਕੋਈ ਵਿਪਤਾ ਨਹੀਂ ਆਈ, ਆਪਣਾ ਧਰਮ ਖਤਰੇ ਵਿੱਚ ਨਹੀਂ। ਤਾਂ ਹੀ ਆਖਿਆ ਜੰਨੂ ਤਿਲਕ ਰਾਖਾ ਪ੍ਰਭਤਾ ਕਾ, ਹੁਣ ਧਰਮ ਨਹੀਂ ਇਹ ਹਿੰਦੂ ਧਰਮ ਹੈ। ਇਸ ਵਾਸਤੇ ਹਜ਼ੂਰ ਨੇ ਆਖਿਆ ਮੈਂ ਤੁਹਾਡਾ ਜੰਨੂ ਤਿਲਕ ਰੱਖਾਂਗਾ, ਆਪਣਾ ਸਿਰ ਲਾ ਦਿਆਂਗਾ।
ऐसा भी कोई उपकारी है संसार में। इस वास्ते तेग बहादुर की क्रिया करी न किन्हूं आन, ठीकर फोड़ दलीत फिर सब पुरखिया बयान। आ ठीकरा तन शरीर दा फोड़ के दलीत दे सिर ते, दिल्ली दे शाह दे सिर ते, बादशाह दे सिर ते शरीर दा ठीकरा फोड़ के ते गुरु तेग बहादुर साहब महाराज सच्चे पातशाह प्रभु दी पुरी नू दरगाह नू बयाना कीता जाते पाए। जिस वेले चले गए वो दिन तीन कल का जद बादशाह ने आखिया तेग बहादुर नाम है, कितनी बहादुरी कर सकते हो तेग दी? साहब ने आखिया तेग बहादुर मेरा नाम एवं नहीं, सचमुच मैं बड़ी बहादुरी कर सकता हाँ, तू वेखेगा। अखे हां, कोई अखे अपनी फौज चो सुरमा बुला जिसके कोल तलवार होवे और बड़ी तिखी होवे, उस तलवार दे उते लपेट के कागज ते कागज दे उते बन दे कच्चा धागा, ओ मेरे सिर ते उनू हाथ चलावे, तैनू मेरे नाम दी बहादुरी दा पता लग जाएगा। सुरमा आ गया, तलवार ले आंदी, कागज लपेटिया, उते धागा बनिया, ते हजूर उस हवेली चो इस इमली दे दरख्त दे तले आन बैठे, जिथे हुण हुण नवे पातशाह दी सोहणी तस्वीर टंगी होई। और वो तस्वीर ऐडी प्रतक है भी ऐसे बैठिया जरा तो ख्याल क्या करो ते सामने हो जाती। हजूर ने आख्या मैं जपजी साहब का पाठ करने लगा, हर पातशाही ने हर गुरु ने जिस वेले भी अंत समा आया देखा तो जपजी का पाठ जरूर की। क्योंकि जपजी साहब गुरु नानक है, अंत समय गुरु नानक सच्चे पातशाह के चरणा नू जपजी का पाठ कर दिया गलवकड़िया पाईया। जे पंजे पातशाह रावी में प्रवेश करन लगे हैं तन जपजी साहब का पाठ किया। मैनू याद आंदा जदों मेरे पिता जी संसार छड़ के जा रहे सन तां जपजी साहब का पाठ कर रहे, मैं जान लिया उदों ही जा रहे और जिथे जा रहे सन उसे कोई पुन्ना वाला ही जा सकता, कोई भगवान ही जा सकता है जिन्हू अंतकाल जपजी चेते आवे, नहीं तो अंतकाल तिया पुत्र चेते आते हैं, परिवार चेते आंदा, मित्र दोस्त याद आ जाते हैं, ते जोड़े होया तन कथा कीता होया अखां दे सामने आन खड़ोंदा है, उस वेले हौका लैंदा और रो के जांदा है। ते जिन्हां नूं अंतकाल जपजी साहब चेते आंदा वह रो के नहीं जांदे, क्योंकि नाल उन्हां दे गुरु नानक हुंदा है, गुरु नानक नाल जांदे आ कौन रोवे। बच्चा रोंदा है मां तों विछड़ के, मां आई चुक लिया गलवकड़ी पा लई गल नाल ला लिया, हुण उहो बच्चा चिड़चिड़ प्यासदा। हजूर ने जपजी साहब दा पाठ अज्ञा करना है, ते जिस वेले पाठ करके असीं सिर निवावांगे ते तू तलवार चलाई, देर ना लाई। जिस वेले पाठ कीता नानक ते मुख उजले केती छुट्टी नाल, ये कथा बहुत लंबी है, किस तरह पहला सिख आया आनंदपुर साहब तो उसे माता नानकी नु सपना आया, सपना की आया बिरती गादर होई, जो कुछ होना सी देख लिया। एक चौंकी दे उते चिट्टा रुमाल विछिया होया और उत्ते तेग बहादुर साहब का शीश पिया, अख खुली ते बड़े घबराए होए। सदिया साहब दसवे पातशाह आखिया बेटा आ भयानक सुपना मैं वेखिया, जरा कोई बंदा तां भेज भज के खबर लियावे दिल्ली विच की भाणा वरत रहा है। उथों हजूर ने सिख भेजिया इथे आया, दरवाजे बंद हैं, बूहे से पहरेदार बैठे हैं,
ਪਰ ਸਿੱਖ ਨੇ ਸੋਧਿਆ ਅਰਦਾਸਾ ਤੇ ਦੇਖਿਆ ਅੰਦਰ ਪਹੁੰਚ ਗਿਆ। ਜਾ ਪਤਰਕਾ ਅੱਗੇ ਰੱਖੀ, ਹਜ਼ੂਰ ਨੇ ਇਸਦਾ ਉੱਤਰ ਲਿਖਿਆ ਔਰ ਜੋ ਉੱਤਰ ਦਿੱਤਾ ਸਾਧ ਸੰਗਤ ਉਹ ਹੁਣ ਇਹ ਨਾਵੇਂ ਮਹਾਲੇ ਦੇ ਸਲੋਕ ਹਨ। ਜਿਹੜੀ ਚਿੱਠੀ ਇੱਥੋਂ ਲਿਖੀ ਵਿੱਚ ਕੀ ਦੱਸਿਆ, ਸੰਸਾਰ ਝੂਠਾ, ਸਾਹਿਬ ਦੇ ਗੁਣ ਗਾਓ, ਸਰੀਨਾ ਨੇ ਬਿਨਸ ਜਾਣੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾਡ ਸਗਲ ਜੰਜਾਲ। ਤੇ ਨਾਲ ਇਹ ਵੀ ਦੱਸਿਆ ਬਿਨਸਨਹਾਰ ਹੈ ਸਰੀਰ, ਸੰਸਾਰ ਹੈ ਝੂਠਾ, ਪਰ ਇਸ ਵਿੱਚ ਵੀ ਨਾਮ ਰਹੋ ਸਾਧੂ ਰਹੋ, ਹੈ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਗੁਰਮੰਤਰ ਜਪਿਆ ਉਹ ਅਸਥਿਰ ਹਨ, ਉਹ ਨਹੀਂ ਮਰਦੇ। ਜਿਸ ਵੇਲੇ ਉਹ ਪੱਤਰਕਾਰ ਲੈ ਕੇ ਗਿਆ ਤੇ ਫਿਰ ਉਥੋਂ ਵਾਪਸ ਭੇਜਿਆ ਗਿਆ ਭਈ ਤੂੰ ਜਾ ਜਾ ਔਰ ਉੱਥੇ ਰਹੋ, ਜੋ ਜੋ ਸਮਾਚਾਰ ਅਸੀਂ ਵੇਖੇ ਉਹ ਸਾਰੇ ਸੁਣਾਈ ਹਨ। ਜਿਸ ਵੇਲੇ ਉੱਥੇ ਇੱਕ ਫਿਰ ਆਇਆ, ਸਾਹਿਬ ਕਹਿਣ ਲੱਗੇ ਆ ਗਿਆ ਬਈ ਸਾਨੂੰ ਵੀ ਤੇਰੀ ਉਡੀਕ ਸੀ, ਅਸੀਂ ਹੁਣ ਭਾਣਾ ਵਰਤਾਵਣਾ ਹੈ, ਸੀਸ ਲਾਵਣਾ, ਤੇ ਜਿਸ ਵੇਲੇ ਅਸੀਂ ਬਹਿ ਜਾਈਏ ਉਸ ਬਿਰਖ ਦੇ ਥੱਲੇ, ਜਪਜੀ ਸਾਹਿਬ ਦਾ ਪਾਠ ਕਰੀਏ, ਤੂੰ ਸਾਡੇ ਸਾਹਮਣੇ ਖੜੋ ਜਾਏ, ਕਿਉਂਕਿ ਜਦ ਉਹ ਤਲਵਾਰ ਚਲਾਏਗਾ ਤਾਂ ਮੇਰਾ ਸੀਸ ਤੇਰੀ ਗੋਦ ਵਿੱਚ ਆਏਗਾ। ਸਿੱਖਾਂ ਦਾ ਸੀਸ ਗੁਰੂ ਕੀ ਗੋਦ ਵਿੱਚ ਹੁੰਦਾ ਤੇ ਅੱਜ ਗੁਰੂ ਕਾ ਸੀਸ ਸਿੱਖ ਦੀ ਗੋਦ ਵਿੱਚ ਜਾਏਗਾ, ਤੇ ਫਿਰ ਤੈਨੂੰ ਕੋਈ ਨਾ ਵੇਖੇਗਾ, ਤੂੰ ਲੈ ਕੇ ਉੱਡ ਜਾ ਆਨੰਦਪੁਰ ਲੈ ਜਾਈ ਸੀਸ ਮੇਰਾ। ਸਤ ਵਚਨ ਪਰ ਅੱਖਾਂ ਭਰ ਆਈਆਂ, ਅਥਰੂ ਪੂੰਜ ਕੇ ਜੋ ਤੁਸ ਭਾਵੇ ਸਾਈ ਸਲੀ ਦਾ। ਜਿਸ ਵੇਲੇ ਸਾਰਾ ਕੌਤਕ ਕਰਨ ਵਾਸਤੇ ਹਜ਼ੂਰ ਬਿਰਖ ਦੇ ਥੱਲੇ ਆਣ ਬੈਠੇ, ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ, ਸਿੱਖ ਸਾਹਮਣੇ ਖੜੋਤਾ ਔਰ ਵੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਕਿ ਗੁਰੂ ਨੇ ਅੱਜ ਆਪਣੇ ਨਾਮ ਦੀ ਬਹਾਦਰੀ ਦੱਸਣੀ ਹੈ ਕਿ ਮੇਰਾ ਨਾਮ ਤੇਗ ਬਹਾਦਰ ਕਿਉਂ ਹੈ। ਕਿ ਜਿਸ ਵੇਲੇ ਆਪ ਨੇ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾਇਆ, ਸਿਰ ਚੁਕਾਇਆ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਤਲਵਾਰ ਚਲਾਈ, ਜਿਸ ਵੇਲੇ ਉਹਨੇ ਤਲਵਾਰ ਚਲਾਈ ਤਲਵਾਰ ਨਾਲ ਥੋੜੀ ਨਹੀਂ ਸੀਸਦੇ ਕਿ ਸੀਸ ਲੱਥ ਕੇ ਸਿੱਖ ਦੀ ਗੋਦ ਵਿੱਚ, ਕਿਉਂ ਤਲਵਾਰ ਦੇ ਉੱਤੇ ਕਾਗਜ਼ ਲਪੇਟੇ ਹੋਏ, ਉਹ ਉੱਤੇ ਤਰ੍ਹਾਂ ਲਿਪਟਿਆ ਹੋਇਆ, ਉੱਤੇ ਧਾਗਾ ਬੱਧਾ ਹੋਇਆ, ਉਹ ਵੀ ਨਹੀਂ ਕੱਟਿਆ ਗਿਆ ਤੇ ਸਿਰ ਹਜ਼ੂਰ ਦਾ ਚਲਾ ਗਿਆ। ਗੱਲ ਕਰੋ ਵੀ ਸਿਰ ਕਿੱਥੇ ਗਿਆ, ਪਰ ਸਿੱਖ ਤਾਂ ਲੈ ਗਿਆ, ਗੁਰੂ ਕਾ ਸੀਸ ਨਹੀਂ ਮਿਲਿਆ ਕਿੱਥੇ, ਹੁਣ ਬਾਕੀ ਰਿਹਾ ਥੜ। ਆਖਿਆ ਡਾਉਣ ਵੀ ਪਟਾ ਦਿਓ, ਕੋਈ ਸਿੱਖ ਹੈ ਤਾਂ ਥੜ ਲੈ ਜਾਏ ਗੁਰੂ। ਪਰ ਸਿੱਖ ਡਰ ਗਏ ਉਸ ਵੇਲੇ, ਜੇ ਇਸ ਵੇਲੇ ਆ ਗਈ ਅਸੀਂ ਸਿੱਖ ਹਾਂ ਖਬਰੇ ਸਾਨੂੰ ਵੀ ਉੱਥੇ ਇਸੇ ਹਾਲ ਵਿੱਚ ਪੈਣਾ ਪਊ, ਸਭ ਕੋਈ ਡਰ ਖੜੋਤਾ। ਲੱਖੀ ਬਨਜਾਰਾ ਆ ਰਕਾਬਗੰਜ ਸਾਹਿਬ, ਇਹ ਜੰਗਲ ਸੀ ਇੱਥੇ ਬਾਰਾ। ਆ ਨਵੀਂ ਦਿੱਲੀ ਦੇ ਵਸਣ ਤੋਂ ਪਹਿਲਾਂ ਲੋਕੀ ਦੱਸਦੇ ਹਨ ਕਿ ਇੱਥੇ ਕਿਤਨਾ ਜੰਗਲ ਹੁੰਦਾ ਸੀ। ਆ ਨਾਲਾ ਜਿਸ ਵਿੱਚ ਬਾਬਾ ਜੀ ਜਾਣ ਕੇ ਰਹੇ ਸਨ, ਮੁਦਤ ਹੋ ਗਈ, ਇਸ ਨਾਲੇ ਨੂੰ ਖੂਨੀ ਨਾਲਾ ਆਖਦੇ ਔਰ ਭਿਆਨਕ ਜੰਗਲ, ਦੋ ਚਾਰ ਦਸ ਲਾਸ਼ਾਂ ਰੋਜ਼ ਇੱਥੇ ਪਈਆਂ ਰਹਿੰਦੀਆਂ ਸਨ, ਚੋਰਾਂ ਦਾ ਅੱਡਾ ਸੀ। ਪਰ ਹੁਣ ਹੁਣ ਤੇ ਰਾਜਿੰਦਰ ਨਗਰ ਆਬਾਦੀ ਹੈ, ਕੋਈ ਬਹੁ ਖਤਰਾ ਨਹੀਂ। ਪਰ ਇਹ ਗੱਲ ਬੜੀ ਪੁਰਾਣੀ ਹੈ, ਨੌਵੇਂ ਪਾਤਸ਼ਾਹ ਦੇ ਸਮੇਂ ਜਦੋਂ ਇਹ ਸਾਰਾ ਇਲਾਕਾ ਇੱਕ ਖਾਰਾ ਜੰਗਲ ਹੁੰਦਾ ਸੀ, ਇੱਥੇ ਲੱਖੀ ਵਣਜਾਰਾ ਗੱਡਿਆਂ ਉੱਤੇ ਜਿਹੜੇ ਆਪਣਾ ਸਮਾਨ ਰੱਖਦੇ, ਅੱਜ ਕਿਤੇ ਕੱਲ ਕਿਤੇ ਇੱਥੇ ਟਿਕਿਆ ਹੋਇਆ ਔਰ ਇਹ ਸਾਰਿਆਂ ਦਾ ਚੌਧਰੀ ਹੈ, ਮੁਖੀ ਹੈ, ਪੈਂਚ ਹੈ, ਇਹਨੇ ਵੀ ਸੁਣੀ ਡਾਉਂਦੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਡਰ ਪਿਆ ਹੈ, ਚਾਂਦਨੀ ਚੌਂਕ ਵਿੱਚ ਔਰ ਕੋਈ ਸਿੱਖ ਲੈ ਜਾਓ ਤੇ ਕੋਈ ਵੀ ਨਹੀਂ ਲੈਣ ਆਉਂਦਾ। ਮੁੜਮੁੜ ਡਾਉਂਦੀ ਪੁੱਛਦੀ ਆ ਕੋਈ ਹੈ ਸਿੱਖ ਤਾਂ ਆਓ, ਸੋਚਿਆ ਮੈਂ ਵੀ ਸਿੱਖ ਹਾਂ ਔਰ ਕੱਲੀ ਸੁਣ ਲਿਆ ਮੇਰੇ ਗੁਰੂ ਪਾਤਸ਼ਾਹ ਦਾ ਸਰੀਰ ਪਿਆ ਚਾਂਦਨੀ ਚੌਂਕ ਵਿੱਚ, ਮੈਂ ਸਿੱਖ ਹੋ ਕੇ ਡਰ ਜਾਵਾਂ, ਆਖਾਂ ਕਿਤੇ ਮੈਨੂੰ ਮੌਤ ਦੇ ਘਾਟ ਨਾ ਉਤਾਰਨ। ਚਲੋ ਬਈ ਜੋ ਕੁਝ ਹੋਵੇ ਸੋ ਹੋਵੇ, ਚਲੋ ਸਾਹਿਬ ਦਾ ਸਰੀਰ ਲਿਆਈਏ। ਪਰ ਕੀ ਕਿਵੇਂ ਲਿਆਈਏ, ਕਿਸ ਤਰ੍ਹਾਂ, ਸੋਚਿਆ ਵਿੱਤ ਬਣਾਈ, ਆਖਿਆ ਗੱਡੇ ਆਪਣੇ ਕੋਲ ਹਨ,
ਚਲੋ ਰੂਈ ਦੇ ਗੱਡੋ ਕਿਤੋਂ, ਰੂਈ ਦੇ ਗੱਡੇ ਲੱਦੇ ਪਰਲੇ ਪਾਸਿਓ ਲਾਲ ਕਿਲੇ ਵੱਲੋਂ ਚਾਂਦਨੀ ਚੌਕ ਨੂੰ ਗੱਡੇ ਸਿੱਧੇ ਕਰ ਦਿੱਤੇ। ਉਸ ਵੇਲੇ ਬੜਾ ਭੁਚਾਲ ਆਇਆ ਸੀ, ਆ ਭੁਚਾਲ ਰਾਤੀ ਵੀ ਆਇਆ। ਅਚਾਨਕ ਬੈਠਿਆ ਮੈਨੂੰ ਕਹਿਣ ਲੱਗੇ, ਤੁਹਾਡਾ ਮੰਜਾ ਕਿਉਂ ਹਿਲਦਾ? ਮੈਂ ਕਿਹਾ ਮਾਲੂਮ ਹੁੰਦਾ ਭੁਚਾਲ ਆ ਰਹੇ, ਪਰ ਜਾਂ ਦੂਜੇ ਨੂੰ ਗੱਲ ਕੀਤੀ ਕੋਈ ਮੰਨੇ ਹੀ ਨਾ। ਨਹੀਂ ਜੀ ਕਿੱਥੇ ਆਇਆ, ਐਵੇਂ ਖਿਆਲ ਹੀ ਆਉਂਦਾ। ਅੱਜ ਅਖਬਾਰ ਵਿੱਚ ਆ ਗਿਆ ਤੇ ਰਾਤੀ ਭੁਚਾਲ ਆਇਆ। ਕੱਲ ਦਿਹਾੜਾ ਜੋ ਐਸਾ ਸੀ ਬਾਈ, ਭੁਚਾਲ ਤਾਂ ਆਉਣਾ ਹੀ। ਉਧਰ ਵੀ ਭੁਚਾਲ ਆਇਆ ਸੀ ਔਰ ਕਾਲੀ ਅਨੇਰੀ, ਇਤਨੀ ਮਿੱਟੀ ਉੱਡੀ, ਏਡਾ ਘੱਟਾ ਉੱਡਿਆ ਔਰ ਪਵੇ ਪਿਆ ਉਹਨਾਂ ਦੇ ਸਿਰ ਜਿਨ੍ਹਾਂ ਨੇ ਪਾਪ ਕਮਾਇਆ। ਜਗ ਪਇਓ ਜੈ 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 ਸੁਰਲੋਕ। ਗੱਡਿਆਂ ਦੀ ਵਹੀਰ ਆ ਰਹੀ ਹੈ, ਸਿਪਾਹੀਆਂ ਨੇ ਰੋਕਿਆ, ਉਹ ਠਹਿਰ ਜਾ, ਕਿੱਧਰ ਲਈ ਜਾਣਾ? ਉਹਨੇ ਆਖਿਆ ਹੁਣ ਕੀ ਕਰਾਂ, ਮੈਂ ਆ ਗਿਆ, ਜਾਂ ਤੇ ਉੱਥੇ ਰੋਕ ਦੇ, ਹੁਣ ਤੇ ਗੱਡੇ ਮੁੜ ਨਹੀਂ ਸਕਦੇ, ਹੁਣ ਤਾਂ ਇੱਥੋਂ ਦੀ ਲੰਘਣਾ ਹੈ। ਜਮਾਦਾਰ ਜੀ ਲੰਘ ਜਾਣ ਦਿਓ। ਅੱਛਾ ਬਈ ਲੰਘ ਜਾ ਫਿਰ। ਛੇਤੀ ਜਾ ਰਹੇ ਲੱਖੀ ਇਸ ਖਿਆਲ ਵਿੱਚ ਸੀ, ਤਾਕ ਵਿੱਚ ਸੀ, ਛੇਤੀ ਨਾਲ ਉਤਰਿਆ। ਕਿਤੇ ਸਰੀਰ ਪਿਆ ਸੀ ਮੇਰੇ ਪਾਤਸ਼ਾਹ ਦਾ, ਜੱਟ ਆਇਆ ਔਰ ਗਲਵਖੜੀ ਪਾਈ, ਚੁੱਕ ਲਿਆ ਤੇ ਜਾ ਕੇ ਕਰੂੰ ਦੇ ਗੱਡੇ ਦੇ ਵਿੱਚ ਸਰੀਰ ਰੱਖ ਕੇ ਹੇਠ ਉੱਤੇ ਰੂਹ ਨਾਲ ਕੱਜ ਦਿੱਤਾ। ਜਿਸ ਵੇਲੇ ਇੱਧਰ ਵਾਸੀਆਂ ਨੇ ਵੇਖਿਆ ਵਾਹਿਗੁਰੂ ਦਾ ਸਰੀਰ ਹੈ ਨਹੀਂ, ਲੱਭਣ ਲੱਗੇ, ਹੋਰ ਤਾਂ ਕੋਈ ਆਇਆ ਨਹੀਂ ਇੱਥੇ, ਆ ਗੱਡੇ ਹੀ ਲੰਘੇ ਹਨ, ਅੱਗੇ ਵੱਜ ਕੇ ਜਾਓ। ਅੱਗੇ ਗਏ, ਗੱਡੇ ਵਾਲੇ ਨੂੰ ਰੋਕਿਆ, ਠਹਿਰ ਜਾਓ, ਕਿਤਨਾ ਹੀ ਗੱਡੇ ਸਨ, ਤਲਾਸ਼ੀ ਲੈਣੀ ਹੈ, ਲਓ ਬਾਈ। ਉਸ ਵੇਲੇ ਲੱਖੀ ਨੇ ਅਰਦਾਸ ਕੀਤੀ, ਬਾਦਸ਼ਾਹ ਸਿੱਖਾਂ ਦੇ ਪਰਦੇ ਚੱਕਦੇ ਹੋ, ਅੱਜ ਆਪਣਾ ਪਰਦਾ ਚੱਕਣਾ ਜੇ, ਇਹ ਕਿਤੇ ਡਰ ਲੱਭ ਗਿਆ ਤੁਹਾਡਾ, ਤੇ ਫਿਰ ਨਾ ਤੇ ਸਤਿਕਾਰ ਹੋ ਸਕੇਗਾ, ਨਾ ਸਰੀਰ ਦੀ ਸੇਵਾ ਹੋ ਸਕੇਗੀ, ਬਲਕਿ ਨਾ ਸਾਰੀਆਂ ਦੀਆਂ ਜਾਂਦਾ। ਬਾਦਸ਼ਾਹ ਹੁਣ ਕਿਰਪਾ ਕਰੋ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਾਰੀਆਂ ਗੱਡੀਆਂ ਦੀ ਤਲਾਸ਼ੀ ਕੀਤੀ ਹੈ ਔਰ ਜਿਸ ਗੱਡੇ ਵਿੱਚ ਬਾਦਸ਼ਾਹ ਦਾ ਸਰੀਰ ਰੱਖਿਆ ਸੀ ਉਹ ਗੱਡਾ ਨਜ਼ਰ ਹੀ ਨਾ ਆਵੇ, ਅੱਖਾਂ ਤੋਂ ਓਲੇ ਜਾਓ। ਇਸ ਵੇਲੇ ਆਇਆ ਲੱਖੀ ਆਪਣੇ ਟਿਕਾਣੇ ਜਿੱਥੇ ਹੁਣ ਰਕਾਬਗੰਜ ਸਾਹਿਬ ਹੈ, ਸੋਚਿਆ ਕਿਵੇਂ ਸਤਿਕਾਰ ਕਰਾਂ, ਸਰੀਰ ਤਾਂ ਲਿਆਂਦਾ ਪਰ ਕਿਸ ਵਿਧੀ ਨਾਲ ਸਤਿਕਾਰ ਕਰਾਂ, ਕਿਸੇ ਨੂੰ ਪਤਾ ਨਾ ਲੱਗੇ, ਕੋਈ ਸੂਹ ਨਾ ਕੱਢ ਲਵੇ। ਤਾਂ ਸਾਰੇ ਗੱਡੇ ਜੋੜ ਕੇ ਆਪਣੀਆਂ ਜਿਤਨੀਆਂ ਕੱਖਾਂ ਦੀਆਂ ਕੁੜੀਆਂ ਸਨ ਸਾਰੀਆਂ ਡਾ ਕੇ ਤੇ ਅੱਗ ਲਾ ਦਿੱਤੀ, ਨਾਲੇ ਕੁੜੀ ਕੁੜੀ ਅੱਗ ਬੁਝਾਉਂਦੇ ਫਿਰ, ਨਾਲੇ ਰੌਲਾ ਪਾਵਣੋ ਸਾਡੇ ਘਰ ਜਲ ਗਏ, ਸਾਡੇ ਘਰ ਸੜ ਗਏ, ਤੇ ਨਾਲੇ ਅੰਦਰੋਂ ਖੁਸ਼ ਵੀ ਸ਼ੁਕਰ ਹੈ ਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਹੋ ਗਿਆ। ਲੋਕੀ ਵੀ ਆਏ ਬੁਝਾਉਣ ਵਾਸਤੇ ਪਰ ਪਾਂਬੜ ਮੱਚ ਰਿਹਾ, ਸਿੱਖ ਨੇ ਆਪਣਾ ਘਰ ਬਾਰ ਕੋਠਾ ਸਾਰਾ ਕੁਝ ਗੁਰੂ ਤੋਂ ਸਦਕੇ ਕਰ ਦਿੱਤਾ। ਫਿਰ ਜਿੱਥੇ ਸੰਸਕਾਰ ਹੋਇਆ ਸੀ ਇਸੇ ਹੀ ਥਾਂ ਤੇ ਫੁੱਲ ਚੁਣ ਕੇ ਛੇਤੀ ਛੇਤੀ ਗਾਜਰ ਵਿੱਚ ਪਾ ਕੇ ਦਬਾ ਦਿੱਤੇ ਤੇ ਫਿਰ ਗਿਆ ਆਨੰਦਪੁਰ ਸਾਹਿਬ। ਜਾਂ ਬੇਨਤੀ ਕੀਤੀ, ਬਾਦਸ਼ਾਹ ਮੇਰੀਆਂ ਭੁੱਲਾਂ ਮਾਫ ਕਰਨੀਆਂ, ਜਿਵੇਂ ਮੈਨੂੰ ਉਸ ਵੇਲੇ ਮਤ ਆਈ ਮੈਂ ਤਿਵੇਂ ਕੀਤਾ। ਸਾਹਿਬ ਨੇ ਗੱਲ ਲਾਇਆ, ਕਿਹਾ ਤੂੰ ਮੇਰਾ ਲੱਖੀ, ਤੂੰ ਅੱਜ ਲੱਖੀ ਨਹੀਂ ਕਰੋੜੀ ਹੋ ਗਿਆ, ਪਰ ਉਸ ਥਾਂ ਦੀ ਨਿਸ਼ਾਨੀ ਰੱਖੀ ਉਹਨਾਂ ਜੀ ਬਾਦਸ਼ਾਹ, ਕੋਈ ਵੇਲਾ ਆਵੇਗਾ ਇੱਥੇ ਗੁਰੂ ਨਾਨਕ ਦਾ ਝੰਡਾ ਝੂਲੇਗਾ। ਕਾਰਤਿਕ ਬੋਲੋ ਸ੍ਰੀ ਮੁਬਾਰਕ ਹੈ ਜੋ ਦੁਨੀਆਂ ਕੇ ਲੀਏ, ਆਪਣੇ ਵਾਸਤੇ ਤਾਂ ਬਹੁਤ ਆਏ, ਆਪਣੇ ਧਰਮ ਦੀ ਖਾਤਰ ਮਰੇ ਵੀ ਸਹੀ, ਜਾਨਾਂ ਵੀ ਕੁਰਬਾਨ ਕੀਤੀਆਂ, ਪਰ ਆਪ ਦੇ ਵਾਸਤੇ ਕਿਸੇ ਦੇ ਵਾਸਤੇ ਏਡੀ ਕਿਰਿਆ ਅੱਜ ਤਾਈਂ ਕਿਸੇ ਨਾ ਕੀਤੀ ਜਿਹੜੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਵਾਸਤੇ ਆਖਿਆ ਮੁਬਾਰਕ ਹੈ, ਮੁਬਾਰਕ ਹੈ ਜੋ ਦੁਨੀਆਂ ਕੇ ਲੀਏ, ਦੁਨੀਆਂ ਮੇਂ ਆਪੇ ਹੈ, ਮੁਬਾਰਕ ਹੈ ਜੋ ਦੁਨੀਆਂ ਕੇ ਲੀਏ, ਦੁਨੀਆਂ ਮੇਂ ਆਪੇ ਹੈ, ਮੁਬਾਰਕ ਹੈ।
روبرو خورشید ان کے سر جھکا تھا. دنیا آندھی ہے سورج ڈھل گیا ہے, ڈلیا نہیں ہوئے, متھا پیا ٹیکد جھکتا انہوں کے چرنا سے کنہ دے ادب سے روبرو خورشید ان کے سر جھکاتا ہے جو بن کر صبح صادق سوتے لوگوں کو جگاتے ہیں. سورج آخد میں چڑھنا دنیا جاگتی ہے, جاگ پی دنیا پر ایک بھی سورج ہن جو سنسار میں چڑھتے ہیں اور لوگ امرت ویلے جاگ اٹھتے ہیں. انہوں کی برکت نال انہوں کی کرپا نال میں چڑھتا دنیا چ پرکاش ہوں. پر جد کوئی مہاپرکھ سنسار آؤں تا اندرا جائے پر اندھیرا یہ باہر ساڈے اندر اندھیرا اگیان دا. گرو دی کرپا بنا جنہ چر گرو سورج نہیں چڑھتا, پاوے کتنے سورج چڑے ہون کتنے چندرما کیوں نہ چڑھن, جے سو چندا اگوے سورج چڑے ہزار اکھیا ایتے چانن ہوندیاں گربن گھور گر بن گھور اندھار گرو بن سمجھ نہ آوے, گر بن سرت نہ سدھ گرو بن مکت نہ پاوے. گرو بادشاہ سنسار جس ویلے آئے پرویش کیتا مٹی دھند جگ چانن ہوئے, دھند مٹ گئی سنسار دی جگ بھی چانن ہو گیا. لوگ امرت ویلے اٹھن لگ پئے, نام جپن لگ پئے, سادھ سنگت دھرم دی کرت کرن لگ پئے, کیونکہ حضور نے آپ سارے پورنے پا پا کے دسے سب کچھ آپ سکھایا پڑھایا. ہوں یہ آخر کا سبق سی آخر پھر سکھ کی پڑھائی سمپور آخر سبق بھی جی دھرم سے سیت بھی لگتا ہوئے تا بھی لا دے سودا سستا ہے. انہوں قربانی بھی آخیا دھن 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 جن دے سنسار آمن دا کی سوارت ہے, کی پریوجن ہے, کی کوئی پریوجن ہے کہ جن کے سنگ جت آوے نو. دن دن اتنوں آتے ہے جس دا دیدار کیتے ہیں, جس دے کول بیٹھے ہیں, جدی سیوا سنگت نال جت آوے سریوا, اس دا سنسار آیا دن. جن آمن کا یہ سواؤ جن کے سنگ جت آوے نو, آپ مکت مکت کرے سنسار, وہ آپ مکت ہے اور سنسار نو مکتی دا دان دے رہا ہے. نانک تس جن کو سدا نمسکار, اس پرمیشر دے پیارے نو سدا نمسکار کر کے جس نے کرپا کر کے آ گرو کے سکھاں دے ہردیاں وچ نام دا دیوا جگایا, روشنی بخشی تے اگوں گرو کے سکھ آپ جپ اورا نام جپاو دے مارگ چل رہے ہن اور سنسار دا بھلا, تیرے پانے سروت کا بھلا, ساریاں دا بھلا دن رات لوچ دے ارداسا کر دے ہن, اور آپ لوک پرلوک دے سکھ مان دے گرو کی گر گود وچ جاندے. سکھ ایسی کرنی کردا نہ تے جیوندیاں گرو تو کدے وچھڑدا ہے, نہ مویا گرو تو جدا ہوندا ہے, جیوندیاں گرو کی یاد وچ وسدا ہے, مویا گرو کی گود وچ جا کے بہندا ہے. اے سارے پورنے گرو پاتشاہ نے آپ پائے اور گرو سکھاں نوں پڑھائی پڑھائی, پر لو تسی وی اک اکھر کیڑا امرت ویلے جاگن دا, اسنان کرن دا,
ਸੰਗਤ ਵਿੱਚ ਹਾਜ਼ਰ ਹੋਣ ਦਾ ਤੇ ਜਪਣ ਦਾ ਪ੍ਰੀਵਾਸ, ਕਿਉਂਕਿ ਗੁਰਪੁਰਬ ਮਨਾ ਰਹੇ ਹਨ। ਗੁਰਪੁਰਬ ਮਨਾਇਆ ਸਫਲ ਹੋਵੇ ਜੇ ਸਿੱਖ ਗੁਰੂ ਪਾਤਸ਼ਾਹ ਦੇ ਪਾਏ ਪੂਰਨਿਆਂ ਚੋਂ ਕੋਈ ਅੱਖਰ ਹਿਰਦੇ ਵਿੱਚ ਵਸਾ ਲਵੇ। ਵਾਹਿਗੁਰੂ ਜੀ ਕਾ ਖਾਲਸਾ।